ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਆਏ ਹਾਂ ਜੀ ਗੁਰਦੁਆਰਾ ਮਾਛੀਵਾੜਾ ਸਾਹਿਬ ਵਿਖੇ ਜੀ, ਪਾਤਸ਼ਾਹ ਚਮਕੌਰ ਸਾਹਿਬ ਦੀ ਗੜ੍ਹੀ ਤੋਂ ਤਾੜੀ ਮਾਰ ਕੇ ਗੁਰਦੁਆਰਾ ਜੰਡ ਸਾਹਿਬ ਕੀੜੀ ਅਫਗਾਨਾ ਬਹਿਲੋਲਪੁਰ ਹੁੰਦੇ ਹੋਏ ਫਿਰ ਝਾੜ ਸਾਹਿਬ ਫਿਰ ਪਾਤਸ਼ਾਹ ਇਸ ਮਾਛੀਵਾੜੇ ਦੇ ਜੰਗਲ ਵਿੱਚ ਆਏ ਸਨ ਜੀ। ਇਹ ਉਹ ਸਥਾਨ ਆ ਜੀ ਬਹਿਲੋਲਪੁਰ ਦੇ ਵਿੱਚ। ਪੂਰਨ ਮਸੰਦ ਦੇ ਨੌਕਰ ਨੇ ਪਾਤਸ਼ਾਹ ਨੂੰ ਟਿੰਡ ਦਿੱਤੀ ਸੀਗੀ ਵਿੱਚ ਅੱਗ ਪਾ ਕੇ, ਉਹ ਟਿੰਡ ਪਾਤਸ਼ਾਹ ਦੇ ਕੋਲ ਸੀਗੀ ਜੀ। ਅਤੇ ਜਿਹੜੀ ਉਹ ਪਾਤਸ਼ਾਹ ਨੂੰ ਟਿੰਡ ਦਿੱਤੀ ਸੀ ਉਹ ਟਿੰਡ ਦਾ ਸਰਾਣਾ ਲਾ ਕੇ ਪਾਤਸ਼ਾਹ ਕੁਛ ਦੇਰ ਲਈ ਇਸ ਜਗ੍ਹਾ ਦੇ ਉੱਤੇ, ਜਦੋਂ ਉਦੋਂ ਤਾਂ ਜੀ ਬਹੁਤ ਘਣਾ ਜੰਗਲ ਹੁੰਦਾ ਸੀ ਇਹ, ਅਤੇ ਪਾਤਸ਼ਾਹ ਲੇਟੇ ਸਨ ਜੀ, ਆਰਾਮ ਕੀਤਾ ਪਾਤਸ਼ਾਹ ਨੇ ਕੁਛ ਦੇਰ ਇਸ ਜਗ੍ਹਾ ਦੇ ਉੱਤੇ ਜੀ। ਇਸ ਸਾਈਡ ਜੀ ਜੋੜਾ ਘਰ ਬਣਿਆ ਹੋਇਆ ਜਿੱਥੇ ਤੁਸੀਂ ਆਪਣਾ ਜੋੜਾ ਜਮ੍ਹਾਂ ਕਰਵਾ ਸਕਦੇ ਹੋ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਜੀ ਅੰਦਰ ਨੂੰ ਜੀ, ਅਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਆਓ ਚੱਲੀਏ ਅੰਦਰ ਨੂੰ ਜੀ। ਉੱਚਾ ਨਿਸ਼ਾਨ ਸਾਹਿਬ ਜੀ ਝੂਲਦਾ ਹੋਇਆ ਜਿੱਥੇ ਮੇਰੇ ਪਾਤਸ਼ਾਹ ਕੇ ਬੈਠੇ ਸਨ। ਗੁਰਦੁਆਰਾ ਚਰਨ ਕਮਲ ਸਾਹਿਬ ਆ ਜੀ ਇਹ ਮਾਛੀਵਾੜਾ ਸਾਹਿਬ ਦੇ ਵਿੱਚ ਜੀ। ਇਹ ਆ ਜੀ ਉਹ ਪਵਿੱਤਰ ਜੰਡ ਦਾ ਦਰਖਤ ਜਿਸ ਦੇ ਥੱਲੇ ਸਾਡੇ ਪਾਤਸ਼ਾਹ ਕੁਛ ਦੇਰ ਲੇਟੇ ਸੀਗੇ ਜੀ, ਪਾਤਸ਼ਾਹ ਨੇ ਆਰਾਮ ਕੀਤਾ ਸੀਗਾ ਜੀ। ਇਸ ਜੰਡ ਦੇ ਦਰਖਤ ਨੂੰ ਭਾਗ ਲਾਏ ਸੀ ਸਾਡੇ 10ਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੀ। ਇਸ ਤੋਂ ਬਾਅਦ ਜੀ ਆਪਾਂ ਉਸ ਖੂਹ ਦੇ ਦਰਸ਼ਨ ਕਰਾਂਗੇ ਜਿਸ ਖੂਹ ਤੋਂ ਪਾਤਸ਼ਾਹ ਨੇ ਪਾਣੀ ਪੀਤਾ ਸੀ, ਪਾਤਸ਼ਾਹ ਨੇ ਇਸ਼ਨਾਨ ਕੀਤਾ ਸੀ ਜੀ। ਸਭ ਤੋਂ ਪਹਿਲਾਂ ਪਾਤਸ਼ਾਹ ਉਸ ਖੂਹ ਦੇ ਉੱਤੇ ਹੀ ਗਏ ਸੀਗੇ ਜੀ। ਆ ਜਾਓ ਆਪਾਂ ਉਸ ਖੂਹ ਦੇ ਦਰਸ਼ਨ ਵੀ ਕਰਦੇ ਹਾਂ ਜੀ। ਇਸ ਸਾਈਡ ਬਣਿਆ ਹੋਇਆ ਜੀ ਦੇਗ ਘਰ, ਜਿੱਥੋਂ ਆਪਾਂ ਫੜਾ ਪ੍ਰਸ਼ਾਦ ਲੈ ਸਕਦੇ ਹਾਂ। ਇਹ ਆ ਜੀ ਸਰੋਵਰ ਸਾਹਿਬ, ਸਫਾਈ ਚੱਲ ਰਹੀ ਆ ਉਹਦੇ ਕਰਕੇ ਪਾਣੀ ਸੁਕਾਇਆ ਹੋਇਆ ਇਹਦੇ ਵਿੱਚ। ਅਤੇ ਆ ਜਾਓ ਆਪਾਂ ਤੁਹਾਨੂੰ ਉਸ ਇਤਿਹਾਸਕ ਖੂਹ ਦੇ ਦਰਸ਼ਨ ਕਰਾਉਂਦੇ ਹਾਂ ਜੀ, ਜਿੱਥੇ ਪਾਤਸ਼ਾਹ ਚਮਕੌਰ ਸਾਹਿਬ ਤੋਂ ਬਾਅਦ ਕਈ ਸਥਾਨਾਂ 'ਤੇ ਹੁੰਦੇ ਹੋਏ ਇਸ ਜਗ੍ਹਾ ਦੇ ਉੱਤੇ ਪਹੁੰਚੇ ਸਨ। ਪਾਤਸ਼ਾਹ ਨੇ ਇਸ ਜਗ੍ਹਾ ਦੇ ਉੱਤੇ ਕਿਹਾ ਜਾਂਦਾ ਵੀ ਇਸ਼ਨਾਨ ਵੀ ਕੀਤਾ ਸੀ ਅਤੇ ਪਾਣੀ ਪੀਤਾ ਸੀ ਜੀ। ਆ ਜਾਓ ਆਪਾਂ ਇਸ ਖੂਹ ਦੇ ਦਰਸ਼ਨ ਕਰਦੇ ਹਾਂ ਜੀ। ਜਦੋਂ ਪਾਤਸ਼ਾਹ ਇਸ ਸਥਾਨ ਦੇ ਉੱਤੇ ਪਹੁੰਚੇ ਨੇ ਜੀ, ਪਾਤਸ਼ਾਹ ਦਾ ਚੋਲਾ ਬਿਲਕੁਲ ਫਟਿਆ ਹੋਇਆ ਸੀ ਜੀ, ਨੰਗੀ ਸ਼ਮਸ਼ੀਰ ਪਾਤਸ਼ਾਹ ਦੇ ਹੱਥ ਵਿੱਚ ਸੀ ਜੀ। ਇਹ ਆ ਜੀ ਉਹ ਇਤਿਹਾਸਕ ਖੂਹ ਜੀ, ਜਿੱਥੇ ਸਾਡੇ ਪਾਤਸ਼ਾਹ ਧੰਨ ਧੰਨ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਜੀ, ਇੱਥੇ ਦਾ ਜਲ ਛਕਿਆ ਜੀ।
ਇਹ ਵੀ ਕਿਹਾ ਜਾਂਦਾ ਆ ਵੀ ਪਾਤਸ਼ਾਹ ਨੂੰ ਲੱਭਦੇ ਹੋਏ ਜਦੋਂ ਤਿੰਨੇ ਸਿੰਘ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ, ਇਸ ਜੰਗਲ ਦੇ ਵਿੱਚ ਪਹੁੰਚੇ ਨੇ ਨਾ, ਤਾਂ ਉਹ ਵੀ ਪਹਿਲਾਂ ਇਸ ਖੂਹ ਦੇ ਉੱਤੇ ਹੀ ਪਹੁੰਚੇ ਸੀ ਜੀ। ਅਤੇ ਇਸ ਖੂਹ ਦੇ ਉੱਤੇ ਨੌਕਰ ਗੁਲਾਬੇ ਦਾ ਕੰਮ ਕਰਦਾ ਸੀ, ਉਹਨੇ ਦੱਸਿਆ ਵੀ ਤੁਹਾਡੇ ਨਾਲ ਦਾ ਬੰਦਾ ਇੱਕ ਹੋਰ ਨਾ ਗਾਹਾਂ ਪਿਆ ਆ ਜੰਗਲ ਦੇ ਵਿੱਚ। ਅਤੇ ਉਹਨਾਂ ਨੂੰ ਇੰਨੀ ਖੁਸ਼ੀ ਹੋਈ, ਜਾਣੀ ਉਹ ਪਾਣੀ ਤਾਂ ਕਿਹਨੇ ਪੀਣਾ ਸੀਗਾ, ਉਹ ਭੱਜ ਕੇ ਫਿਰ ਪਾਤਸ਼ਾਹ ਲਈ ਨੂੰ ਚਲੇ ਗਏ। ਤਿੰਨੇ ਸਿੰਘ ਨਾ ਜਦੋਂ ਪਾਤਸ਼ਾਹ ਦੇ ਕੋਲ ਪਹੁੰਚੇ ਨੇ, ਸਾਹਮਣੇ ਜਾ ਕੇ ਖੜ੍ਹੇ ਨੇ ਪਾਤਸ਼ਾਹ ਦੇ, ਕਹਿੰਦੇ ਨਾ ਯੁੱਧ ਦੀ ਇੱਕ ਰਣਨੀਤੀ ਹੁੰਦੀ ਆ ਵੀ ਜਿਹੜੇ ਹੱਥ ਨਾਲ ਤੁਸੀਂ ਵਾਰ ਕਰਨਾ ਹੁੰਦਾ ਆ ਉਹ ਹੱਥ ਕਦੇ ਵੀ ਥੱਲੇ ਨਹੀਂ ਰੱਖਣਾ ਹੁੰਦਾ ਹੈਗਾ। ਅਤੇ ਪਾਤਸ਼ਾਹ ਖੱਬੇ ਪਾਸੇ ਨੂੰ ਲੇਟੇ ਹੋਏ ਸੀਗੇ ਜੀ, ਪਾਤਸ਼ਾਹ ਦੇ ਹੱਥ ਦੇ ਵਿੱਚ ਸ਼੍ਰੀ ਸਾਹਿਬ ਸੀ, ਅਤੇ ਪਾਤਸ਼ਾਹ ਨੇ ਸ਼੍ਰੀ ਸਾਹਿਬ ਦਾ ਮੁੱਠਾ ਛਾਤੀ ਦੇ ਨਾਲ ਲਾਇਆ ਹੋਇਆ ਸੀਗਾ ਜੀ। ਟਿੰਡ ਦਾ ਸਿਰਹਾਣਾ ਲਾ ਕੇ ਪਾਤਸ਼ਾਹ ਲੇਟੇ ਹੋਏ ਸੀਗੇ ਜੀ। ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਇਹ, ਆਪਣੇ ਬੱਚਿਆਂ ਨਾਲ ਪਰਿਵਾਰ ਸਮੇਤ ਜੀ ਜ਼ਰੂਰ ਆਓ, ਇਸ ਸਥਾਨ ਦੇ ਦਰਸ਼ਨ ਕਰੋ ਜੀ। ਇਹ ਸਾਹਮਣੇ ਬਣਿਆ ਹੋਇਆ ਜੀ ਗੁਰੂ ਕਾ ਲੰਗਰ ਜੀ, ਇੱਥੋਂ ਆਪਾਂ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਸ ਸਥਾਨ ਦੇ ਉੱਤੇ ਸਿੱਖ ਅਜਾਇਬ ਘਰ ਵੀ ਬਣਿਆ ਹੋਇਆ ਜੀ, ਆ ਜਾਓ ਆਪਾਂ ਉਸ ਸਥਾਨ ਦੇ ਵੀ ਦਰਸ਼ਨ ਕਰਦੇ ਹਾਂ ਜੀ। ਇਹ ਪਹਿਲਾਂ ਮਾਰਕੀਟ ਬਣੀ ਹੋਈ ਹੈ ਜੀ। ਇਸ ਮਿਊਜ਼ੀਅਮ ਦੇ ਅੰਦਰ ਜੀ ਇਤਿਹਾਸ ਨੂੰ ਦਿਖਾਉਂਦੇ ਹੋਏ ਚਿੱਤਰ ਲਗਾਏ ਹੋਏ ਨੇ, ਆਪਾਂ ਦੇਖਦੇ ਹਾਂ ਅੰਦਰ ਜਾ ਕੇ। ਥੱਲੇ ਨੂੰ ਉੱਤਰ ਕੇ ਅਜਾਇਬ ਘਰ ਦੇ ਅੰਦਰ ਆਪਾਂ ਜਾ ਸਕਦੇ ਹਾਂ। ਜੇ ਕਿਸੇ ਨੇ ਬੈਠਣਾ ਹੋਵੇ ਤਾਂ ਇੱਥੇ ਬੈਠ ਵੀ ਸਕਦਾ, ਸੀਟਿੰਗ ਏਰੀਆ ਹੈਗਾ ਇੱਥੇ। ਸਿੱਖ ਧਰਮ ਦੀ ਸਾਜਨਾ ਤੋਂ ਲੈ ਕੇ ਅੱਗੇ ਦੇ ਸਾਰਾ ਇਤਿਹਾਸ ਦਿਖਾਇਆ ਹੋਇਆ ਜੀ। ਮਾਛੀਵਾੜਾ ਸਾਹਿਬ ਦੇ ਇਸ ਪਾਰਟ 1 ਦੀ ਵੀਡੀਓ ਇੱਥੇ ਕਰਦੇ ਆ ਸਮਾਪਤ ਜੀ। ਬਣੇ ਰਹੋ ਸਾਡੇ ਨਾਲ ਪੂਰੀ ਮਾਛੀਵਾੜਾ ਸੀਰੀਜ਼ ਦੇ ਵਿੱਚ।